ਸਾਨੂੰ ਖੁਫੀਆ ਇਨਫੋਰਮੇਸ਼ਨ ਸੀਗੀ ਰਾਜਕੁਮਾਰ ਸਨ ਆਫ ਚਰਨਦਾਸ ਅਤੇ ਰਾਜਕੁਮਾਰ ਦੀ ਵਾਈਫ ਬਲਜੀਤ ਕੌਰ ਅਤੇ ਰਾਜਕੁਮਾਰ ਦਾ ਜਿਹੜਾ ਸਾਲਾ ਵਾ ਜਸਵਿੰਦਰ ਸਿੰਘ ਉਰਫ ਜੱਗੀ ਬੁੱਢਣਵਾਲ ਦਾ ਰਹਿਣ ਵਾਲਾ ਹੈ। ਇਹ ਜਿਹੜੇ ਆ ਫੀਮ ਦਾ ਅਤੇ ਜਾਅਲੀ ਕਰੰਸੀ ਦਾ ਕੰਮ ਕਰਦੇ ਆ। ਸਰ ਕਿੰਨੀ ਰਿਕਵਰੀ ਹੋਈ ਹੈ? ਜਿਹੜੀ ਰਿਕਵਰੀ ਹੋਈ ਆ ਉਹ ਕਰੀਬ 1.5 ਲੱਖ ਦੀ ਹੋਈ ਆ, ਜਿਹਦੇ ਵਿੱਚੋਂ 2-2 ਹਜ਼ਾਰ ਦੇ ਨੋਟ ਜਿਹੜੇ ਆ ਉਹ 36 ਨੋਟ ਆ, ਬਾਕੀ 5-5 ਸੌ ਆ। ਅਰੈਸਟ ਕਰੇ ਹੋਈ ਇਹਨਾਂ ਦੇ? ਨਹੀਂ ਸਰ, ਹਾਂਜੀ ਅਰੈਸਟ ਜਿਹੜੀ ਅਸੀਂ ਜਾ ਰਹੇ ਸੀ ਇਹਨਾਂ ਦੇ ਘਰ ਵੱਲ ਨੂੰ, ਜਦੋਂ ਇਹਨਾਂ ਨੇ ਅਸੀਂ ਜਾ ਰਹੇ ਸੀ ਗਦਰਾ ਹੈਗਾ ਮੋੜ ਹੈਗਾ, ਇਹਨਾਂ ਦੀ ਮੂਹਰੋਂ ਗੱਡੀ ਆ ਰਹੀ ਸੀਗੀ। ਤੇ ਸਰ ਜਿਹੜੀ ਇਹ ਨੋਟਾਂ ਦੀ ਆਪ ਬਣਾਉਂਦੇ, ਕਦੋਂ ਲੈ ਕੇ ਆਉਂਦੇ ਸਰ? ਇਹ ਆਪ ਹੀ ਬਣਾਉਂਦੇ ਜੀ ਘਰੇ। ਸਰ ਇਹ ਤੁਹਾਨੂੰ ਕਿੱਦਾਂ ਇਨਫੋਰਮੇਸ਼ਨ ਮਿਲੀ ਕਿ ਇਹ ਆਪ ਨੋਟ ਬਣਾ ਰਹੇ ਆ? ਖੁਫੀਆ ਸੀ ਅਸੀਂ ਇਹਨਾਂ ਕੋਲ ਲੈਪਟਾਪ ਵੀ ਬਰਾਮਦ ਕਰ ਲਿਆ ਜਿਹਦੇ ਵਿੱਚ ਦੀ ਤਿਆਰ ਕਰਦੇ ਸੀ, ਅਤੇ ਬਾਕੀ ਜਿਹੜੇ ਸਕੈਨਰ ਆ ਜਾਂ ਕੁਛ ਵੀ ਆ ਉਹ ਜਸਵਿੰਦਰ ਸਿੰਘ ਦੇ ਕੋਲ ਆ, ਉਹ ਉਹਨੂੰ ਪਤਾ ਕਿ ਕਿੱਥੇ ਹੈਗੇ ਆ। ਅਤੇ ਕਿੰਨੇ ਜਣੇ ਤੁਸੀਂ ਜਿਹੜੇ ਹੈਗੇ ਅਰੈਸਟ ਕੀਤੇ ਆ? ਅਸੀਂ 2 ਬੰਦੇ ਅਰੈਸਟ ਕੀਤੇ ਆ, ਰਾਜਕੁਮਾਰ ਅਤੇ ਉਹਦੀ ਵਾਈਫ ਬਲਜੀਤ ਕੌਰ। ਅੱਛਾ ਜੀ, ਅਤੇ ਤੀਸਰਾ ਬੰਦਾ ਜਿਹੜਾ ਉਹ ਫਿਲਹਾਲ ਨਹੀਂ ਫੜਿਆ ਗਿਆ, ਉਹ ਦੌੜਿਆ ਹੋਇਆ ਜੀ। ਸਰ ਕੀ ਕਾਰਵਾਈ ਕਰ ਰਹੇ ਹੋ? ਕਾਰਵਾਈ ਇਹਨਾਂ 'ਤੇ ਮੁਕਦਮਾ ਦਰਜ ਕਰਤਾ, ਮੁਕਦਮਾ ਨੰਬਰ 8 ਆ ਜੀ, ਅਤੇ ਤਫਤੀਸ਼ ਜਾਰੀ ਹੈ। ਅਤੇ ਸਰ ਧਾਰਾ ਕੀ ਲਾਈਆਂ ਤੁਸੀਂ? ਧਾਰਾ ਲਾਈ ਹੈ ਜੀ 499A 499 ਸੋਰੀ